ਅੱਜ ਆਪਾਂ ਜਿਹੜਾ ਸ਼ਬਦ ਦੇਖਾਂਗੇ ਨੋਟੇਸ਼ਨ ਦੇ ਨਾਲ ਹੈ ਤ੍ਰਿਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ਼ ਬਾਰੇ। ਇਸੇ ਟਿਊਨ ਦੇ ਉੱਪਰ ਹੋਰ ਵੀ ਕਾਫੀ ਸਾਰੇ ਸ਼ਬਦ ਲੱਗ ਸਕਦੇ ਹਨ। ਵੈਸੇ ਵੀ ਇਹ ਬਹੁਤ ਸੌਖੀ ਸ਼ਬਦ ਦੀ ਰੀਤ ਹੈ ਨਵੇਂ ਸਿੱਖਣ ਵਾਲਿਆਂ ਵਾਸਤੇ। ਹੋਰ ਸ਼ਬਦ ਜਿਵੇਂ ਕਿ ਮੈਂ ਤੁਹਾਨੂੰ ਗਾ ਕੇ ਵੀ ਦਿਖਾ ਦਿੰਦਾ ਨਾਲ ਕੇ ਕਿਸ ਤਰ੍ਹਾਂ ਲੱਗਣਗੇ। ਹਉ ਵਾਰੀ ਮੁੱਖ ਫੇਰ ਪਿਆਰੇ ਕਰਵਟ ਦੇ ਮੁਕ ਕਾਹੇ ਕੁਮਾਰੇ ਕਰਵਟ ਦੇ ਮੁਕ ਕਾਹੇ ਕੁਮਾਰੇ। ਇੱਕ ਵਾਲਾ ਇਹ ਸ਼ਬਦ ਹੋ ਗਿਆ ਇੱਕ ਜਾਂ ਫਿਰ ਤਹੀ ਪ੍ਰਕਾਸ਼ ਹਮਾਰਾ ਪਯੋ ਪਟਨਾ ਸ਼ਹਿਰ ਵਿਖੇ ਪਵ ਲਯੋ। ਇਸੇ ਤਰ੍ਹਾਂ ਇੱਕ ਹੋਰ ਸ਼ਬਦ ਅੰਮ੍ਰਿਤ ਰਸਨਾ ਪਿਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਇਸ ਤਰ੍ਹਾਂ ਆਪਾਂ ਹੋਰ ਬਹੁਤ ਸਾਰੇ ਸ਼ਬਦ ਵੀ ਲਗਾ ਸਕਦੇ ਹਾਂ। ਆਓ ਹੁਣ ਦੇਖਦੇ ਹਾਂ ਕਿ ਕਿਸ ਤਰ੍ਹਾਂ ਸ਼ਬਦ ਨੂੰ ਗਾਉਣਾ ਹੈ। ਇਹ ਵਾਲੀ ਸੁਰ ਨੂੰ ਸਾਹ ਰੱਖ ਕੇ ਆਪਾਂ ਫਸਟ ਬਲੈਕ ਤੋਂ ਨੋਟੇਸ਼ਨ ਦੇ ਨਾਲ ਇਹ ਸ਼ਬਦ ਦੇਖਾਂਗੇ। ਬਹੁਤ ਹੀ ਆਸਾਨ ਹੈ ਨਵੇਂ ਸਿੱਖਣ ਵਾਲਿਆਂ ਵਾਸਤੇ। ਇਸ ਵਿੱਚ ਕੋਮਲ ਗਾ ਆਹ ਵਾਲੀ ਸੁਰ ਤੇ ਕੋਮਲ ਨੀ ਆਹ ਵਾਲੀ ਸੁਰ, ਬਾਕੀ ਸਾਰੀਆਂ ਜਿਹੜੀਆਂ ਸੁਰਾਂ ਨੇ ਉਹ ਸ਼ੋਧੀ ਲੱਗਦੀਆਂ ਨੇ। ਇਸੇ ਤਰ੍ਹਾਂ ਫੀਮੇਲ ਸਕੇਲ ਤੋਂ ਵੀ ਆਪਾਂ ਕੱਢ ਸਕਦੇ ਹਾਂ। ਫੀਮੇਲ ਸਕੇਲ ਦੇ ਹਿਸਾਬ ਨਾਲ ਆਹ ਵਾਲਾ ਕੋਮਲ ਗਾ ਆ ਸਾਹ ਰੱਖ ਕੇ ਤੇ ਆਹ ਵਾਲੀ ਜਿਹੜੀ ਸਿਰ ਸੁਰ ਹੈ ਇਹ ਕੋਮਲ ਨੀ ਹੈ। ਇੱਥੋਂ ਆਪਾਂ ਸਾਰੀ ਨੋਟੇਸ਼ਨ ਦੇ ਨਾਲ ਸ਼ਬਦ ਕੱਢ ਸਕਦੇ ਹਾਂ। ਬਹੁਤ ਹੀ ਆਸਾਨ ਹੈ। ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਬਾਕੀ ਮੈਂ ਪਲੇਲਿਸਟ ਬਣਾਈ ਹੋਈ ਹੈ ਨੋਟੇਸ਼ਨ ਨਾਲ ਜਿਹੜੇ ਸ਼ਬਦ ਨੇ, ਉੱਥੇ ਤੁਸੀਂ ਇਹ ਸਾਰੇ ਸ਼ਬਦ ਦੇ ਸਕਦੇ ਹੋ ਨੋਟੇਸ਼ਨ ਵਾਲੇ। ਇਹ ਸ਼ਬਦ ਵੀ ਮੈਂ ਉੱਥੇ ਪਾ ਦਿਆਂਗਾ ਨੋਟੇਸ਼ਨ ਵਾਲਾ ਉਸੇ ਪਲੇਲਿਸਟ ਦੇ ਵਿੱਚ। ਹੁਣ ਪਹਿਲਾਂ ਸਥਾਈ ਦੇਖਦੇ ਹਾਂ, ਫਿਰ ਅੰਤਰੇ ਦੇਖਾਂਗੇ, ਪਹਿਲਾਂ ਨੋਟੇਸ਼ਨ ਦੇਖਾਂਗੇ, ਫਿਰ ਨਾਲ ਨਾਲ ਸ਼ਬਦ ਦੀ ਤੁੱਕ ਲਗਾਵਾਂਗੇ। ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹੈ ਤੁਹਾਨੂੰ ਨਾਲ ਦੀ ਨਾਲ ਉਹ ਮਿਲ ਸਕੇ। ਇੱਥੇ ਆਪਾਂ ਥੋੜੀ ਜਿਹੀ ਲੈ ਘਟਾ ਕੇ ਦੇਖ ਰਹੇ ਹਾਂ, ਕੈਰਵਾ ਤਾਲ ਦੇ ਵਿੱਚ ਹੈ। ਫਿਰ ਕਰ ਪੈਸੋ ਹਰ ਜਨ ਪਿਆਰੇ ਸਾਰੇ ਗਾ ਸਾਰੇ ਰੇ 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 ਨੀ ਸਾਰੇ ਰੇ ਸਾ 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 ਸਾਰੇ ਗਾ ਸਾਰੇ ਰੇ 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 ਪੰਜ ਵਾਰੀ ਰੇ ਰੇ ਹੈ। ਸਾਰੇ ਗਾ ਸਾਰੇ ਰੇ 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 ਨੀ ਸਾਰੇ ਰੇ ਸਾ 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 ਇੱਥੇ ਪੰਜ ਵਾਰੀ ਸਾ। ਫਿਰ ਕਰ ਬੈਸੋ ਹਰ ਜਨ ਪਿਆਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਾਰੇ ਗਾ ਸਾਰੇ। ਇੱਥੇ ਜਿਹੜਾ ਰੇਗਾ ਉਹ ਇਕੱਠਾ ਬੋਲਣਾ ਸਾਰੇ ਗਾ ਸਾਰੇ ਗਾ ਸਾਰੇ ਰੇ 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 ਨੀ ਸਾਰੇ ਰੇ ਸਾ 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 ਨੀ ਸਾਰੇ ਰੇ ਸਾ 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 ਫਿਰ ਕਰ ਬੈਸੋ ਹਰ ਜਨ ਪਿਆਰੇ ਪਾਪਾ ਮਾ ਗਰੇ ਗਾ 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 ਪਾਪਾ ਮਾ ਗਰੇ ਗਾ 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 ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਫਿਰ ਕਰ ਬੈਸੋ ਹਰ ਜਨ ਪਿਆਰੇ ਸਾਰੇ ਗਾ ਸਾਰੇ ਰੇ 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 ਰੇ
इस तरह आप स्थाई गाउनी है। हुण अंतरा देखदे आ। पा धा नी पा धा 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 नी सा सा नी धा पा 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 धा नी पा धा 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 नी सा सा नी धा पा 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 दोस्त तू ते परमेश्वर मारे जन की पैज रखी करता रे बादशाह शाह सब बस कर दीने अमृत नाम महारस पीने। ਆਪਾਂ ਅੰਤਰੇ ਦੀਆਂ ਦੋ ਦੋ ਤੁਕਾਂ ਬੋਲ ਕੇ ਫਿਰ ਸਥਾਈ ਬੋਲਣੀ ਹੈ। ਮੈਂ ਇੱਥੇ ਦੋ ਅੰਤਰੇ ਇਕੱਠੇ ਬੋਲਤੇ ਨੇ, ਹੁਣ ਅਗਲੇ ਦੋ ਅੰਤਰੇ ਵੀ ਆਪਾਂ ਇਕੱਠੇ ਹੀ ਦੇਖਾਂਗੇ। ਨਿਰਭਉ ਹੋਏ ਭਜੋ ਭਗਵਾਨ ਨਿਰਭਉ मिलती नो दान। फिर स्थाई बोलनी है, हुण अगला अंतर। शरण परे प्रभ अंतर जामी शरण परे प्रभ अंतर जामी नानक ओट पकरी प्रभ स्वामी नानक ओट पकरी प्रभ स्वामी सत गुर तुमरे काज सवारे पापा मगरे गा 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 पापा मगरे गा 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 सारी गा सारी रे 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 नी सारी रे सा 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 सारी गा सारी रे 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 नी सारी रे सा 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 सतगुर तुम रे फिर कर बैसो हर जन प्यारे सतगुर तुम रे काज सवारे सतगुर तुम रे काज सवारे तिर कर बैसो हर जन प्यारे। इस तरह आपा पूरा शब्द गाउणा है। आखा जीवा
स्थाई गाउणी है। हुण आपां अगला अंतरा देखते हाँ कि वह किस तरह गाउणा है। आपां सारे अंतरे गावांगे, हर एक अंतरे तो बाद शब्द दे स्थाई गाउणी हुंदी है रिपीट करके। इसलिए मैं सिर्फ अंतरे हुण रिपीट करांगा, दसांगा अंतरे के किस तरह गाउणे हन। देखते हाँ कि किस तरह गाना है। देखते हाँ कि वह किस तरह गाना है। जे वड़े आप ते वड़े तेरी दात, जिन दिन कर के पीती रात, खसम विसारे ते कम जात, नानक नारे शब्द दे। हर अंतरे तो बाद स्थाई गाउणी है, फिर अंतरा गाउणा है। वाहिगुरु जी का खालसा, वाहिगुरु जी की फतेह।